ਮਸ਼ਹੂਰ ਪੰਜਾਬੀ ਸਿੰਗਰ ਤੇ ਐਕਟਰ ਯੁਵਰਾਜ ਹੰਸ ਦੀ ਟੀਵੀ ਐਕਟ੍ਰੈਸ ਮਾਨਸੀ ਸ਼ਰਮਾ ਨਾਲ ਅੰਗੇਜਮੈਂਟ ਹੋ ਗਈ ਹੈ। ਦੋਨਾਂ ਦੀ ਅੰਗੇਜਮੈਂਟ ਫੋਟੋਜ਼ ਨੂੰ ਯੁਵਰਾਜ ਦੇ ਵੱਡੇ ਭਰਾ ਨਵਰਾਜ ਹੰਸ ਨੇ ਫੇਸਬੁੱਕ ਤੇ ਅਪਡੇਟ ਕਰਕੇ ਵਧਾਈ ਦਿੱਤੀ ਹੈ। ਯੁਵਰਾਜ ਹੰਸ ਨੇ ਵੀ ਅੰਗੇਜਮੈਂਟ ਪਿਕਚਰ ਸਨੈਪਚੈਟ ਤੇ ਸ਼ੇਅਰ ਕੀਤੀਆਂ ਨੇ। ਯੁਵਰਾਜ ਤੇ ਮਾਨਸੀ ਪਿਛਲੇ ਕੁਝ ਸਮੇਂ ਤੋਂ ਰਿਲੇਸ਼ਨ ਵਿੱਚ ਸਨ ਤੇ ਆਪਣੇ ਲਵ ਅਫੇਅਰਸ ਬਾਰੇ ਇੰਸਟਾਗ੍ਰਾਮ ਤੇ ਅਕਸਰ ਫੋਟੋਜ਼ ਨੂੰ ਸ਼ੇਅਰ ਕਰਦੇ ਰਹਿੰਦੇ ਸਨ। ਯੁਵਰਾਜ ਤੇ ਮਾਨਸੀ ਬਾਕਸ ਕ੍ਰਿਕਟ ਲੀਗ ਤੇ ਮਿਲੇ ਸਨ ਜਿੱਥੇ ਦੋਨੋਂ ਇੱਕੋ ਟੀਮ ਵੱਲੋਂ ਖੇਡਦੇ ਸਨ। ਫਿਰ ਦੋਨਾਂ ਵਿੱਚ ਹੋਈ ਦੋਸਤੀ ਹੌਲੀ ਹੌਲੀ ਪਿਆਰ ਦਾ ਰੂਪ ਲੈ ਗਈ ਅਤੇ ਐਤਵਾਰ ਨੂੰ ਜਲੰਧਰ ਵਿੱਚ ਦੋਵਾਂ ਦੀ ਅੰਗੇਜਮੈਂਟ ਹੋ ਗਈ। ਇਸ ਮੌਕੇ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਤੋਂ ਇਲਾਵਾ ਪੰਜਾਬੀ ਸਿੰਗਰ ਬੀਜੇ ਰੰਧਾਵਾ, ਜ਼ੋਰਾ ਰੰਧਾਵਾ ਤੇ ਹਰੀਸ਼ ਵਰਮਾ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਫਾਰ ਮੋਰ ਬਾਲੀਵੁੱਡ ਐਂਡ ਪਾਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।